ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ ਡੀਸੀ ਵਿੱਚ ਵਾਈਟ ਹਾਊਸ ਦੇ ਅੱਗੇ ਖੜੇ ਹਾਂ ਅਮਰੀਕਾ ਦੇ ਵਿੱਚ। ਸਾਧ ਸੰਗਤ ਜੀ, ਅੱਜ ਸਾਡਾ ਇੱਥੇ ਖੜਨ ਦਾ ਮਕਸਦ ਹੈਗਾ ਜੋ ਸਾਡੇ ਬੰਦੀ ਸਿੰਘ ਆ, ਸਿੱਖ ਸਿਆਸੀ ਕੈਦੀ ਜਿਹੜੇ ਕਿ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬਹੁਤ ਨਵਿਆਂ ਸਮਿਆਂ ਤੋਂ ਬੰਦੇ ਆ। ਕਿਸੇ ਵੀਰ ਦੀ ਸਾਡੇ ਦੀ 26 ਸਾਲ, ਕਿਸੇ ਦੀ 27 ਸਾਲ, ਕਿਸੇ ਦੀ 25 ਸਾਲ, ਕਿਸੇ ਦੀ 24 ਸਾਲ ਦੀ ਜਿਹੜੀ ਸਜ਼ਾ ਹੋ ਚੁੱਕੀ ਆ, ਭਾਰਤੀ ਕਾਨੂੰਨ ਤਹਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਵਾਸਤੇ ਅੱਜ ਬਾਈਡਨ ਦੇ ਜਿਹੜਾ ਵਾਈਟ ਹਾਊਸ, ਜਿਹੜਾ ਅਮੈਰੀਕਨ ਪ੍ਰੈਜੀਡੈਂਟ, ਉਹਦੇ ਵਾਈਟ ਹਾਊਸ ਦੇ ਅੱਗੇ ਖਲੋ ਕੇ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ। ਇਸ ਕਰਕੇ ਕਿਉਂਕਿ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕੁੱਲ ਦੁਨੀਆਂ ਦੇ ਵਿੱਚ ਸਿੱਖਾਂ ਨੂੰ ਮੈਸੇਜ ਦਿੱਤਾ ਕਿ ਜੋ 7 ਜਨਵਰੀ ਨੂੰ ਚੰਡੀਗੜ੍ਹ YPS ਚੌਂਕ ਮੋਹਾਲੀ ਚੰਡੀਗੜ੍ਹ ਪੰਜਾਬ ਵਿਖੇ ਪੱਕੇ ਤੌਰ ਤੇ ਮੋਰਚਾ ਸ਼ੁਰੂ ਹੋਇਆ, ਉਸ ਮੋਰਚੇ ਦੀ ਸਪੋਰਟ ਕੀਤੀ ਜਾਵੇ। ਅੱਜ ਅਮਰੀਕਾ ਦੇ ਵਿੱਚ ਇਹ ਸ਼ੁਰੂਆਤ ਜਿਹੜੀ ਆ ਵਾਈਟ ਹਾਊਸ ਤੋਂ ਅੱਗਿਓਂ ਜਿਹੜੀ ਹੋ ਚੁੱਕੀ ਆ। ਅਸੀਂ ਸਮੁੱਚੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਇਸ ਜਗ੍ਹਾ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ ਆ, ਆਵਾਜ਼ ਨੂੰ ਬੁਲੰਦ ਕਰ ਰਹੀਆਂ ਆ ਕਿ ਸਾਡੇ ਜਿਹੜੇ ਬੰਦੀ ਸਿੰਘ ਉਹ ਜਲਦ ਤੋਂ ਜਲਦ ਰਿਹਾ ਕਰਨੇ ਚਾਹੀਦੇ ਆ ਭਾਰਤੀ ਹਕੂਮਤ ਨੂੰ। ਨਹੀਂ ਇਹ ਸੰਘਰਸ਼ ਕੁੱਲ ਦੁਨੀਆਂ ਦੇ ਹਰ ਉਸ ਕੰਟਰੀ ਦੇ ਗਵਰਨਮੈਂਟ ਦੇ ਅੱਗੇ ਜਾਏਗਾ ਜਿੱਥੇ ਕਿ ਭਾਰਤੀ ਡੈਮੋਕ੍ਰੇਸੀ ਦਾ ਝੂਠਾ ਮਖੌਟਾ ਜਿਹੜਾ ਨੰਗਾ ਕੀਤਾ ਜਾਏਗਾ। ਸੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਬਿਲਕਿਸ ਬਾਨੋ ਜਿਹੜੀ ਕਿ ਗੁਜਰਾਤ ਦੇ ਵਿੱਚ ਜਦੋਂ ਮੁੱਖ ਮੰਤਰੀ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਉਸ ਵੇਲੇ ਉਹ ਜਿਹੜੇ ਰੇਪਿਸਟ ਲੋਕ ਸਨ ਉਹਨਾਂ ਨੂੰ ਭਾਰਤੀ ਹਕੂਮਤ ਨੇ ਰਿਹਾ ਕੀਤਾ ਆ। ਨਾਲ ਦੀ ਨਾਲ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਵੀ ਰਿਹਾ ਕੀਤਾ ਜਿਨ੍ਹਾਂ ਨੇ ਰਾਜੀਵ ਗਾਂਧੀ ਦਾ ਸੌਦਾ ਲਾਇਆ ਸੀ। ਤਾਂ ਰਾਮ ਰਹੀਮ ਵਰਗੇ ਸੌਦਾ ਸਾਧ ਵਰਗੇ ਪੈਰੋਲ 'ਤੇ ਬਾਹਰ ਆਉਂਦੇ ਆ। ਈਵਨ ਪ੍ਰਗਿਆ ਸਾਧ ਵੀ ਜਿਹੜੀ ਮਾਲੇਗਾਓਂ ਬੰਬ ਧਮਾਕਿਆਂ ਦੇ ਵਿੱਚ ਜਿਹਦਾ ਹੱਥ ਸਾਬਤ ਹੋਇਆ ਦੋਸ਼, ਅੱਜ ਪਾਰਲੀਮੈਂਟ ਦੇ ਵਿੱਚ MP ਬਣ ਕੇ ਬੈਠੀ ਆ। ਤਾਂ ਅੱਜ ਜਦੋਂ ਜਥੇਦਾਰ ਸਿੰਘ ਸਾਹਿਬ, ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਮੈਸੇਜ ਦਿੱਤਾ 7 ਜਨਵਰੀ ਨੂੰ YPS ਚੌਂਕ ਚੰਡੀਗੜ੍ਹ ਮੋਹਾਲੀ ਪੰਜਾਬ ਵਿਖੇ ਪੱਕਾ ਕੌਮੀ ਇਨਸਾਫ ਮੋਰਚਾ ਸ਼ੁਰੂਆਤ ਹੋ ਚੁੱਕੀ ਆ, ਤਾਂ ਅੱਜ ਅਸੀਂ ਵਾਈਟ ਹਾਊਸ ਦੇ ਅੱਗੇ ਬੰਦੀ ਸਿੰਘਾਂ ਦੀ ਜਿਹੜੀ ਗੱਲ ਆ ਉਹ ਪੂਰੇ ਵਿਸ਼ਵ ਦੇ ਵਿੱਚ ਜ਼ੋਰ ਫੜ ਰਹੀ ਆ ਬਹੁਤ ਵੱਡੀ ਤਾਦਾਦ ਦੇ ਵਿੱਚ। ਅੱਜ ਅਸੀਂ ਵਾਈਟ ਹਾਊਸ ਦੇ ਅੱਗੇ ਪ੍ਰੈਜੀਡੈਂਟ ਜਿੱਥੇ ਬੈਠਦਾ ਆ ਅਮਰੀਕਾ ਦਾ, ਉੱਥੇ ਅਸੀਂ ਆਪਣੀ ਗੱਲ ਨੂੰ ਜਿਹੜੀ ਆ ਅੱਗੇ ਰੱਖ ਰਹੇ ਹਾਂ। ਕੁੱਲ ਦੁਨੀਆਂ ਦੇ ਵਿੱਚ ਜਿਹੜੇ ਕਿ ਵਿਜ਼ਟਰ ਅੱਜ ਵਾਈਟ ਹਾਊਸ ਨੂੰ ਦੇਖਣ ਆਉਂਦੀ ਆ, ਕੁੱਲ ਦੁਨੀਆਂ ਤੋਂ ਵਿਸ਼ ਕਰਦੇ ਆ, ਉਹਨਾਂ ਦੇ ਵਿੱਚ ਇਹ ਪੈਂਪਲੇਟ ਵੰਡੇ ਜਾ ਰਹੇ ਆ ਇੰਗਲਿਸ਼ ਦੇ ਵਿੱਚ। ਇਹ ਕੀ ਧੱਕਾ ਹੋ ਰਿਹਾ ਕਿਉਂਕਿ ਭਾਰਤ ਦੀ ਜਿਹੜੀ ਗਵਰਨਮੈਂਟ ਆ ਉਹ ਝੂਠੀ ਡੈਮੋਕ੍ਰੇਸੀ ਦਾ ਝੰਡੋਰਾ ਪਿੱਟਦੀ ਆ, ਆਪਣਿਆਂ ਵਾਸਤੇ, ਹਿੰਦੂ ਕਵੀਆਂ ਵਾਸਤੇ ਕਾਨੂੰਨ ਅਲੱਗ ਆ, ਸੋ ਮਿਨੋਰਟੀ ਵਾਸਤੇ, ਦਲਿਤਾਂ ਵਾਸਤੇ, ਮੁਸਲਮਾਨਾਂ ਵਾਸਤੇ ਔਰ ਸਿੱਖਾਂ ਵਾਸਤੇ ਕਾਨੂੰਨ ਭਾਰਤ ਦੀ ਹਕੂਮਤ ਦੇ ਅਲੱਗ ਆ। ਜਦੋਂ ਤੱਕ ਸਾਡੇ ਸਿੱਖ ਸਿਆਸੀ ਕੈਦੀ ਰਿਹਾ ਨਹੀਂ ਹੁੰਦੇ ਹੋ ਜਾਂਦੇ ਉਦੋਂ ਤੱਕ ਜਿਹੜੀ ਆ ਇਹ ਲੜਾਈ ਜੰਗ ਜਾਰੀ ਰਹੇਗੀ। ਪੱਕਾ ਮੋਰਚਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਲੱਗ ਚੁੱਕਿਆ। ਕੁੱਲ ਦੁਨੀਆਂ ਦੇ ਵਿੱਚ ਕਿਸਾਨ ਨਹੀਂ ਸੰਘਰਸ਼ ਦੀ ਤਰ੍ਹਾਂ ਦੇ ਉੱਤੇ ਤਰਜ਼ ਦੇ ਉੱਤੇ ਹੀ ਇਹ ਸੰਘਰਸ਼ ਹੋਰ ਰਫਤਾਰ ਜਿਹੜੀ ਆ ਉਹ ਕੁੱਲ ਦੁਨੀਆਂ ਦੇ ਵਿੱਚ ਜਾਏਗੀ ਔਰ ਸਾਡੇ ਸਿੱਖ ਸਿਆਸੀ ਕੈਦੀ ਰਿਹਾ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।